ਦੱਸ ਦਈਏ ਕਿ ਲੋਹੜੀ ਤੋਂ ਇੱਕ ਦਿਨ ਪਹਿਲਾਂ ਸਹੁਰੇ ਪਰਿਵਾਰ ਦੇ ਵਿੱਚ ਪਹੁੰਚੀ ਇੱਕ ਵਿਦੇਸ਼ੀ ਮਹਿਲਾ ਜਿਹੜੀ ਕਿ US ਦੀ ਸਿਟੀਜ਼ਨ ਸੀ, ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ। ਹਾਲਾਂਕਿ ਵਿਦੇਸ਼ੀ ਮਹਿਲਾ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਸੀ। ਅਤੇ ਅੱਜ ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਮੀਡੀਆ ਸਾਹਮਣੇ ਆ ਕੇ ਉਸਦੇ ਸਹੁਰੇ ਪਰਿਵਾਰ 'ਤੇ ਗੰਭੀਰ ਆਰੋਪ ਲਗਾਏ ਨੇ। ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੜਕੀ ਦੇ ਕਤਲ ਹੋਣ ਦੀ ਵੀ ਉਹਨਾਂ ਨੂੰ ਸੰਭਾਵਨਾ ਲੱਗ ਰਹੀ ਹੈ। ਉਹਨਾਂ ਇਸ ਸੰਬੰਧੀ ਸਹੁਰੇ ਪਰਿਵਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਲੜਕੀ ਦੇ ਸਹੁਰੇ ਅਤੇ ਪਤੀ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਦਕਿ ਦੂਸਰੇ ਪਾਸੇ ਸਹੁਰੇ ਪੱਖ ਨੇ ਇਹ ਸਾਰੇ ਆਰੋਪਾਂ ਨੂੰ ਨਕਾਰਿਆ। ਉਹਨਾਂ ਕਿਹਾ ਕਿ ਅਸੀਂ ਬਹੂ ਨਹੀਂ ਸਗੋਂ ਬੇਟੀ ਬਣਾ ਕੇ ਇਸ ਕੁੜੀ ਨੂੰ ਇੱਥੇ ਲੈ ਕੇ ਆਏ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਇੱਕ ਵਿਦੇਸ਼ੀ ਮਹਿਲਾ ਜਿਹੜੀ ਕਿ US ਦੀ ਸਿਟੀਜ਼ਨ ਸੀ, ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਉਸਦੇ ਸਹੁਰੇ ਪਰਿਵਾਰ 'ਤੇ ਕਤਲ ਦੇ ਇਲਜ਼ਾਮ ਲਗਾਏ ਨੇ। ਮੇਰਾ ਮਿਸ ਨਿਰਮਲ ਕੌਰ ਨਾਂ ਆ, ਮੈਂ UK ਦੀ ਰਹਿਣ ਵਾਲੀ ਹਾਂ, UK 'ਚੋਂ ਆਈ ਹਾਂ। ਮੇਰੀ ਧੀ ਦੀ ਇਹਨਾਂ ਨੇ ਹੱਤਿਆ ਕੀਤੀ ਆ, ਮੈਨੂੰ ਸ਼ੱਕ ਆ। ਮੇਰੀ ਕੁੜੀ ਬੜੀ ਸੋਹਣੀ ਆਈ ਆ USA 'ਚੋਂ, ਮਿਲ ਕੇ ਆਈ ਆ ਉਹ ਆਪਣੇ ਪੇਕੀ ਸੰਡੇ, ਪਰ ਇਹਨਾਂ ਥਸੜੇ ਰਾਤ ਨੂੰ ਉਹਨੇ ਮੈਨੂੰ ਮੈਸੇਜ ਕੀਤਾ, ਮੰਮੀ ਮੇਰਾ ਫੋਨ ਨਹੀਂ ਚੱਲਦਾ, ਮੇਰੇ ਤੋਂ ਫੋਨ ਨਹੀਂ ਕਰ ਹੋਣਾ, ਮੈਂ ਕੱਲ੍ਹ ਨੂੰ ਜਾਂ ਪਰਸੋਂ ਨੂੰ ਮਾਸੀ ਆਪਣੀ 'ਤੇ ਜਾਣਾ ਆ, ਤੈਨੂੰ ਕਾਲ ਕਰੂੰਗੀ। ਤਾਂ ਮੁੜ ਕੇ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਕੀ ਨਹੀਂ ਕਰ ਦਿੱਤਾ। ਮੈਨੂੰ ਮੁੱਕੀ ਦਾ ਹਜੇ ਤਾਈਂ ਫੋਨ ਨਹੀਂ ਆਇਆ, ਨਾ ਮੇਰੇ ਕੋਲ ਕਿਸੇ ਨੇ ਮਹਿਸੂਸ ਕੀਤਾ, ਨਾ ਮੈਨੂੰ ਹਜੇ ਤਾਈਂ ਦੱਸਿਆ। ਇਹਦਾ ਨਾਂ ਮੱਲੀਆਂ, ਅਮੈਰੀਕਾ ਦੇ ਵਿੱਚ ਵਿਆਹ ਹੋਇਆ ਸੀ, ਸਹੁਰੇ ਇਹਦੇ ਨਾਨੋ ਮੱਲੀਆਂ। ਕੱਲ ਆਪਾਂ ਆਏ ਸੀ ਕੇਸ 'ਚ, ਸਾਡੀ ਸੁਣਵਾਈ ਨਹੀਂ ਹੋਈ, ਕਿਸੇ ਨੇ ਸੁਣੀ ਨਹੀਂ, ਅਸੀਂ ਜਿਹੜੀ ਰਿਪੋਰਟ ਲਿਖਾਈ ਉਹਦੇ ਉੱਤੇ ਕਿਸੇ ਨੇ ਸਾਡੇ ਸੈਨ ਨਹੀਂ ਕੀਤੇ। ਸਾਲ ਹੋ ਗਿਆ ਇੰਡੀਆ 'ਚ ਗਈ ਨੂੰ, ਲੜਾਈ ਕਲੇਸ਼ ਬਹੁਤ ਸੀ ਘਰ ਦੇ ਵਿੱਚ, ਪਰਾਉਣਾ ਬਹੁਤ ਜ਼ਿਆਦਾ, ਉਹਨੂੰ ਟੋਰਚਰ ਕਰਦਾ ਸੀ, ਟਿਕਣ ਨਹੀਂ ਸੀ ਉਹਨੂੰ ਦਿੰਦਾ। ਸਹਿਮਤੀ ਦੇ ਨਾਲ ਸਾਰਾ ਕੁਛ ਕੀਤਾ ਇਹਨਾਂ ਨੇ, ਪਰ ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਪੋਸਟਮਾਰਟਮ ਸਾਡੀ ਇਜਾਜ਼ਤ ਤੋਂ ਬਗੈਰ ਇਹਨਾਂ ਨੂੰ ਕਰਾਇਆ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ। ਜੇ ਹੁਣ ਸਾਡੀ ਰਜ਼ਾਮੰਦੀ ਨਾ ਹੁੰਦਾ, ਸਾਨੂੰ ਪਤਾ ਲੱਗਦਾ ਸਾਡੀ ਕੁੜੀ ਨੂੰ ਕੀ ਹੋਇਆ ਕੀ ਨਹੀਂ ਹੋਇਆ। ਨਾਲੇ ਅਸੀਂ ਇਹਨਾਂ ਨੂੰ ਫੋਨ ਵੀ ਕੀਤਾ, ਮੈਸੀ ਵਾਲਿਆਂ ਨੇ ਵੀ ਫੋਨ ਕੀਤਾ ਪੁਲਿਸ ਅਫਸਰ ਨੂੰ, ਵੀ ਉਹਨਾਂ ਦੀ ਮੰਮ ਡੈਡ ਆਉਂਦੇ ਆ, ਉਹਦੀ ਇਜਾਜ਼ਤ ਤੋਂ ਬਗੈਰ ਤੁਸੀਂ ਪੋਸਟਮਾਰਟਮ ਨਹੀਂ ਕਰ ਸਕਦੇ, ਪਰ ਉਹਨਾਂ ਨੇ ਕਹਿਣ ਦੇ ਬਾਵਜੂਦ ਵੀ ਪੋਸਟਮਾਰਟਮ ਕਰਾ ਦਿੱਤਾ, ਪਰ ਵੱਡੀ ਦੇ ਕੇ। ਦੁਬਾਰਾ ਮੰਗ ਕਰਦੇ ਹੋ ਕਿ ਦੁਬਾਰਾ ਪੋਸਟਮਾਰਟਮ ਹੋਣਾ ਚਾਹੀਦਾ, ਵੀਡੀਓਗ੍ਰਾਫੀ ਹੋਣੀ ਚਾਹੀਦੀ? ਹਾਂਜੀ ਹਾਂਜੀ, ਦੁਬਾਰਾ ਸਾਰਾ ਕੁਝ ਦੁਬਾਰਾ ਹੋਣਾ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਹਾਂਜੀ ਹਾਂਜੀ, ਮੇਰੇ ਨਾਲ ਮੈਂ UK ਸੀ, ਮੇਰੇ ਨਾਲ ਉਹ ਦੱਸਦੀ ਹੁੰਦੀ ਸੀ ਮੈਨੂੰ, ਮੰਮੀ ਮੇਰੇ ਨਾਲ ਇੱਦਾਂ ਕਰਦੇ, ਮੇਰੇ ਨਾਲ ਇੱਦਾਂ ਕਰਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਇੱਥੇ ਆ ਜਾ ਮੇਰੇ ਕੋਲ, ਕਹਿੰਦੀ ਨਹੀਂ ਮੰਮੀ ਮੈਂ ਆ ਨਹੀਂ ਸਕਦੀ, ਮੇਰੇ ਨਾਲ ਮੁੜ ਕੇ ਫੇਰ ਉੱਦਾਂ ਦਾ ਮੇਰਾ ਹਸਬੈਂਡ ਉੱਦਾਂ ਦਾ ਹੋ ਜਾਂਦਾ,
ਪਰ ਸੱਸ ਸਹੁਰਾ ਬਹੁਤ ਜ਼ਿਆਦਾ ਉਹਨੂੰ ਟੋਰਚਰ ਕਰਦੇ ਸੀ ਐਵਰੀ ਟਾਈਮ। ਕੀ ਹੋਇਆ ਕਦੀ ਕਿ ਜਾਨ ਦਾ ਥ੍ਰੈਟ ਪਹਿਲਾਂ ਵੀ ਕਿਤੇ ਲੱਗਾ ਹੋਵੇ ਉਸ ਟਾਈਮ ਤੇ ਕਦੀ ਵੀ ਕੁਝ ਹੋ ਸਕਦਾ ਉਹਨਾਂ ਦੇ ਨਾਲ ਕਦੀ ਤੁਹਾਨੂੰ? ਨਹੀਂ ਇਦਾਂ ਦਾ ਕੋਈ ਨਹੀਂ, ਸਾਨੂੰ ਤਾਂ ਹੁਣ ਵੀ ਨਹੀਂ ਲੱਗਾ, ਸਾਨੂੰ ਤਾਂ ਹੁਣ ਵੀ ਨਹੀਂ ਸੀ ਲੱਗਦਾ। ਹੁਣ ਤੁਹਾਨੂੰ ਸੂਚਨਾ ਕਿੱਦਾਂ ਮਿਲੀ ਕਿ ਇਹ ਘਟਨਾ ਵਾਪਰ ਗਈ ਆ? ਸਾਨੂੰ ਸੂਚਨਾ ਕੁੜੀ ਦੇ ਹਸਬੰਡ ਨੇ ਫੋਨ ਕੀਤਾ, ਪਹਿਲਾਂ ਮੈਨੂੰ ਕਰਦਾ ਸੀ, ਮੈਂ ਕੰਮ ਤੇ ਸੀ, ਮੈਂ ਫੋਨ ਨਹੀਂ ਚੱਕਿਆ। ਫਿਰ ਉਹਨੇ ਮੇਰੇ ਲੜਕੇ ਨੂੰ ਕੀਤਾ ਜੂਕੇ ਫੋਨ, ਮੇਰੇ ਲੜਕੇ ਨੇ ਆਪਣੇ ਡੈਡੀ ਨਾਲ ਗੱਲ ਕਰਾਈ, ਡੈਡੀ ਨੂੰ ਕਹਿੰਦਾ, ਡੈਡੀ ਰਾਜਦੀਪ ਬੋਲਦੀ ਨਹੀਂ, ਪਤਾ ਨਹੀਂ ਉਹਨੂੰ ਕੀ ਹੋ ਗਿਆ। ਉਹ ਕਹਿੰਦਾ ਉਹਨੂੰ ਕੀ ਹੋ ਗਿਆ, ਕਹਿੰਦਾ ਮੈਨੂੰ ਤਾਂ ਕੁਝ ਦੱਸਦੇ ਨਹੀਂ। ਇਹ ਕਹਿੰਦਾ ਆਪਣੇ ਡੈਡੀ ਦਾ ਨੰਬਰ ਦੇ, ਮੈਂ ਡੈਡੀ ਨਾਲ ਗੱਲ ਕਰਦਾ। ਡੈਡੀ ਨਾਲ ਗੱਲ ਕੀਤੀ, ਕਹਿੰਦਾ ਰਾਜਦੀਪ ਤਾਂ ਮੁੱਕ ਗਈ ਆ। ਇਹ ਕਹਿੰਦਾ ਉਹ ਕਿੱਦਾਂ ਮੁੱਕ ਗਈ ਆ, ਕਹਿੰਦਾ ਉਹਨੂੰ ਹਾਰਟ ਅਟੈਕ ਹੋ ਗਿਆ। ਇਹਨਾਂ ਨੂੰ ਕਿਹਾ ਆ, ਸਾਡਾ ਭਾਜੀ ਆ ਵੱਡਾ। ਹਾਂਜੀ ਚਲ ਹੋਰ ਦੱਸ। ਇਹਨਾਂ ਕੋ ਇਹਨਾਂ ਨੂੰ ਫੋਨ ਆਇਆ ਆਪਣਾ ਦੱਸਣ ਲੱਗੇ ਜਿੱਦਾਂ ਇਹਨਾਂ ਨੂੰ? ਤੁਸੀਂ ਕੀ ਮੰਗਦੇ ਚਾਹੁੰਦੇ ਹੋ ਹੁਣ ਪ੍ਰਸ਼ਾਸਨ ਤੋਂ, ਪੁਲਿਸ ਪ੍ਰਸ਼ਾਸਨ ਤੋਂ? ਕੀ ਮੰਗ ਚਾਹੁੰਦੇ ਹੋ, ਕਿਉਂਕਿ ਯੂਐਸ ਸਿਟੀਜ਼ਨ ਨੇ ਉਹ, ਉਹਨਾਂ ਦੀ ਇੱਥੇ ਜੋ ਵੀ ਘਟਨਾ ਵਾਪਰੀ ਆ, ਜੋ ਵੀ ਮੰਦਭਾਗੀ ਘਟਨਾ ਹੋਈ ਹੈ, ਕੀ ਮੰਗ ਕੀ ਕਰਨਾ ਚਾਹੁੰਦੇ ਹੋ ਦੋਵਾਂ ਸਰਕਾਰਾਂ ਤੋਂ? ਦੋਵਾਂ ਸਰਕਾਰਾਂ ਤੋਂ ਮੈਂ ਇਨਸਾਫ ਮੰਗ ਲੈਣਾ ਚਾਹੁੰਦੀ ਆ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ, ਉਮਰ ਕੈਦ ਹੋਣੀ ਚਾਹੀਦੀ, ਵਿੱਚੇ ਪਰਾਉਣੇ ਨੂੰ, ਵਿੱਚੇ ਸੱਸ ਸਹੁਰੇ ਨੂੰ, ਇਹ ਬਾਹਰ ਨਹੀਂ ਆਉਣੇ ਚਾਹੀਦੇ ਸਾਰੀ ਉਮਰ। ਉਸ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ? ਹਾਂਜੀ ਕਰਵਾ ਦਿੱਤੀ ਹੈ। ਕੋਈ ਉਹਨਾਂ ਵੱਲੋਂ ਕੋਈ ਆਸ਼ਵਾਸਨ ਦਵਾਇਆ ਗਿਆ ਤਾਂ? ਕੁਛ ਨਹੀਂ ਦਵਾਇਆ, ਕੁਛ ਨਹੀਂ, ਉਹਨਾਂ ਤਾਂ ਉਹਨਾਂ ਤਾਂ ਸਾਡੇ ਸਾਈਨ ਵੀ ਨਹੀਂ ਕੀਤੇ, ਐਸਐਚ ਉਹਨੇ ਸਾਡੇ ਸਾਈਨ ਨਹੀਂ ਕੀਤੇ, ਫੋਨ ਹੀ ਨਹੀਂ ਉਹਨਾਂ ਸਾਡਾ ਚੱਕਿਆ, ਹੋਰ ਤਾਂ ਕਿਹੜੀ ਗੱਲ ਕਰਨੀ ਆ। ਬਾਕੀ ਸਾਨੂੰ ਮੁੰਡਾ ਸਾਨੂੰ ਮਿਲਣਾ ਚਾਹੀਦਾ, ਕੁੜੀ ਦਾ ਮੇਰੀ ਦਾ ਜੋ ਵੀ ਆ ਸਾਰਾ ਸਾਨੂੰ ਮਿਲਣਾ ਚਾਹੀਦਾ ਆ, ਕੁਛ ਨਹੀਂ ਉਹਨਾਂ ਕੋਲ ਛੱਡਣਾ, ਲੈ ਕੇ ਤੁਸੀਂ ਦੇਣਾ ਜੋ ਵੀ ਆ ਕੁੜੀ ਮੇਰੀ। ਹਾਂਜੀ ਸਾਰਾ ਕੁਛ ਆ, ਸਾਰਾ ਕੁਛ, ਘਰ ਵੀ ਆ ਬਹੁਤ ਵੱਡਾ, ਘਰ ਵੀ ਕੁੜੀ ਦੇ ਨਾਂ ਆ, 3 ਗੱਡੀਆਂ ਕੁੜੀ ਦੇ ਨਾਂ, ਫੇਰ ਉਹਦੀ ਆਪਦੀ ਨਿਸ਼ੋਰ ਚ, ਫੇਰ ਉਹਦੀਆਂ FDਆਂ ਵੀ ਆ, ਬਹੁਤ ਕੁਛ ਆ ਕੁੜੀ ਦੇ ਨਾਂ। ਇਹਨਾਂ ਨੇ ਘਰ ਜਿੱਦਾਂ 7 ਬੈਡਰੂਮ ਦਾ ਘਰ ਆ, ਬਹੁਤ ਜ਼ਿਆਦਾ ਵੱਡਾ ਘਰ ਆ ਉਹਦਾ, ਸਾਰਾ ਕੁਛ ਉਹਦੇ ਨਾਂ ਆ ਕੁੜੀ ਲੱਗਦਾ, ਉਹਦੇ ਪਿੱਛੇ ਹੀ ਆ, ਬਸ ਉਹਦੇ ਪਿੱਛੇ ਹੀ ਆ ਬੇ, ਉੱਥੇ ਮੈਂ ਬਚਣਾ ਨਹੀਂ ਆ, ਇੱਥੇ ਕਿਸੇ ਨੂੰ ਪੁੱਛ ਦੱਸ ਨਹੀਂ ਕਰਨੀ, ਮਾਂ ਪੇ ਤਾਂ ਬਾਹਰ ਬੈਠੇ ਆ, ਇਹਦੇ ਕਰਕੇ ਕੀਤਾ ਉਹਨਾਂ ਸਾਰਾ। ਹਾਂ ਪ੍ਰੋਪਰਟੀ ਦਾ ਕਰਕੇ ਸਾਰਾ ਕੁਛ ਕੀਤਾ ਉਹਨੇ, ਕਹਿੰਦਾ ਵੀ ਸੀ ਉਹਨੂੰ ਪ੍ਰੋਪਰਟੀ ਮੇਰੇ ਮੁੰਡੇ ਦੇ ਨਾਂ ਕਰਾ ਦੇ ਤਾਂ ਤੂੰ ਆਪਣੀ ਮੰਮੀ ਕੋਲ ਚੱਲ ਜਾ, ਪਹਿਲਾਂ ਕਹਿੰਦਾ ਵੀ ਸੀ ਉਹਨੂੰ। ਦਾਜ ਦਹੇਜ ਦੀ ਵੀ ਇਸ ਦੌਰਾਨ ਕਦੀ ਮੰਗ ਕੀਤੀ? ਨਹੀਂ ਦਾਜ ਦਹੇਜ ਦੀ ਕੋਈ ਨਹੀਂ ਮੰਗ ਕੀਤੀ। ਮਤਲਬ ਸਾਨੂੰ ਇਹ ਲੱਗਦਾ ਕਿ ਸਾਰਾ ਕੁਝ ਜੋ ਰਚਿਆ, ਜੋ ਪਲਾਨ ਕੀਤਾ ਉਹ ਪ੍ਰੋਪਰਟੀ ਦੇ ਵਿੱਚ? ਹਾਂ ਉਹ ਸਾਰਾ ਕੁਝ ਸਾਡੀ ਕੁੜੀ ਦਾ, ਸਾਡੀ ਕੁੜੀ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ, ਸਾਡੀ ਕੁੜੀ ਸਿਟੀਜ਼ਨ ਆ, ਉਹ ਕੱਚਾ ਆ ਹਜੇ, ਉਹਦੇ ਕੋਲ ਪੇਪਰ ਨਹੀਂ ਹੈਗੇ। ਕਹਿੰਦੀ ਮੰਮੀ ਮੈਨੂੰ ਕਹਿੰਦਾ ਤੂੰ ਇੰਡੀਆ ਹੁਣ ਚੱਲੀ ਤਾਂ ਹੈਗੀ ਆ, ਉਦੋਂ ਦੇਖੂ ਮੈਂ ਜਦ ਤੂੰ ਮੁੜ ਕੇ ਆ ਗਈ, ਆਹ ਗੱਲ ਵੀ ਉਹਨੂੰ ਆਉਣ ਲੱਗੀ ਨੂੰ ਇਹਨੇ ਕਹੀ ਆ ਪਰਾਉਣੇ ਨੇ। ਰਾਜਦੀਪ ਕੌਰ ਨਾਮ ਦੀ ਆ ਜੀ ਲੜਕੀ, ਜਿਹੜੀ ਨਾਨੋ ਮੱਲੀਆਂ ਪਿੰਡ ਵਿਆਹੀ ਸੀ, ਅਮੈਰੀਕਾ ਸਿਟੀਜ਼ਨ ਸੀ, ਸਹੁਰੇ ਪਰਿਵਾਰ ਨੂੰ ਮਿਲਣ ਆਈ ਹੋਈ ਸੀਗੀ, ਲੇਕਿਨ 19 ਔਰ 20 ਦੀ ਜਿਹੜੀ ਦਰਮਿਆਨੀ ਰਾਤ ਆ ਉਹਦੀ ਜਿਹੜੀ ਅਚਾਨਕ ਮੌਤ ਹੋਣ ਬਾਰੇ ਉਹਦੇ ਸਹੁਰੇ ਪਰਿਵਾਰ ਵੱਲੋਂ ਹੀ ਸਾਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਅਮੈਰੀਕਾ ਸਿਟੀਜ਼ਨ ਆ, ਇਸ ਕਰਕੇ ਚਾਹੁੰਦੇ ਮੇਰਾ ਪੋਸਟਮਾਰਟਮ ਜਿਹੜਾ ਕਰਵਾ ਦਿੱਤਾ ਜਾਵੇ। ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਆ ਬੋਡੀ ਜਿੱਥੇ ਉਹ ਔਲਰੇਡੀ ਸੀਗੀ ਫਰੀਜ਼ 'ਚ, ਉੱਥੋਂ ਅਸੀਂ ਮੋਰਚਰੀ ਸੁਲਤਾਨਪੁਰ ਲੈ ਕੇ ਆਏ ਔਰ ਕੱਲ੍ਹ ਉਹਦਾ ਜਿਹੜਾ ਬੋਰਡ ਡਾਕਟਰਸ ਦਾ ਜਿਹੜਾ ਬਣਾ ਕੇ ਅਤੇ ਉਹਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਉਸ ਤੋਂ। ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਗਿਆ, ਏਕਾ ਪਰਿਵਾਰ ਹੈ ਉਹਨਾਂ ਦੇ, ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਲਈ ਗਈ ਮੌਕੇ ਦੇ ਉੱਤੇ, ਕੋਈ ਮੌਜੂਦ ਨਹੀਂ ਸੀ ਉਹਨਾਂ ਦੀ ਸਹਿਮਤੀ ਤੋਂ ਬਗੈਰ ਜਿਹੜਾ ਪੋਸਟਮਾਰਟਮ ਕਰ ਦਿੱਤਾ ਗਿਆ। ਦੇਖੋ ਇਨਫੋਰਮ ਤਾਂ ਰੈਲੇਟਿਵ ਹੈ ਉਹਨਾਂ ਦੀ, ਰਿਸ਼ਤੇਦਾਰੀ ਆ, ਉਹ ਤਾਂ ਰਿਸ਼ਤੇਦਾਰਾਂ ਨੇ ਇਨਫੋਰਮ ਕਰਨਾ ਨਾ ਵੀ ਲੈ ਵੀ ਇਸ ਤਰ੍ਹਾਂ ਡੈਥ ਹੋਈ ਹੈ, ਉਹ ਸਾਡੇ ਕੋਲ ਤਾਂ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ, ਬਟ ਜਦੋਂ ਆਏ ਆ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਿਆ, ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ, ਅਸੀਂ ਉਸ ਦਰਖਾਸਤ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਔਰ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਉਂਦੀ ਹੈ ਜੋ ਉਹਦੇ 'ਚ ਜਿਸ ਤਰ੍ਹਾਂ ਦੀ ਰਿਪੋਰਟ ਹੋਊਗੀ, ਅਗਰ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਹੈ
ਕਾਰਵਾਈ 174 ਦੀ ਅਸੀਂ ਕੀਤੀ ਆ। ਅਗਰ ਕੋਈ ਸ਼ੱਕੀ ਜਾਂ ਡਾਊਟਫੁਲ ਹੋਏਗਾ ਤਾਂ ਉਹ ਜਿਹੜੀ ਬਿਲਕੁਲ ਬੰਦ ਦੀ ਕਾਰਵਾਈ ਅਮਲ 'ਚ ਲਿਆ ਦਿੱਤੀ ਜਾਊਗੀ। ਨਹੀਂ ਅਜੇ ਫਿਲਹਾਲ ਤਾਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਅਸੀਂ ਕਰ ਰਹੇ। ਪੁਲਿਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜੇ ਕੀਤੇ, ਉਹਨਾਂ ਕਿਹਾ ਕਿ ਜਿਹੜਾ ਉਹਨਾਂ ਦੇ ਮਿਲੀਭੁਗਤ ਦੇ ਨਾਲ ਉਹਨਾਂ ਦਾ ਜਿਹੜਾ ਪੁਲਿਸ ਇੱਕ ਪੱਖਪਾਤ ਦਾ ਰਵੱਈਆ ਸਾਹਮਣੇ ਆ ਰਿਹਾ। ਬਿਲਕੁਲ ਨਹੀਂ ਜੀ, ਬਿਲਕੁਲ ਗਲਤ ਦੋਸ਼ ਹੈਗੇ ਆ। ਜਿਹੜੀ ਡੈਥ ਹੋਈ ਆ, ਜੇ ਉਸ ਪਰਿਵਾਰ ਨੂੰ ਦੁੱਖ ਆ ਤਾਂ ਬਤੌਰ ਐਸ ਐਚ ਓ, ਬਤੌਰ ਪੁਲਿਸ ਡਿਪਾਰਟਮੈਂਟ, ਮੈਨੂੰ ਔਰ ਮੇਰੇ ਸਾਰੇ ਸੀਨੀਅਰ ਆਫਿਸਰ ਵੀ ਇਸ ਚੀਜ਼ 'ਤੇ ਅਸੀਂ ਵੀ ਦੁੱਖ ਮਹਿਸੂਸ ਕਰਦੇ ਹਾਂ ਕਿ ਮੌਤ ਜਿਹੜੀ ਹੋਈ ਆ ਜਵਾਨ ਬੱਚੀ ਦੀ। ਲੇਕਿਨ ਇਹ ਆ ਕਿ ਜੋ ਪੋਸਟਮਾਰਟਮ ਰਿਪੋਰਟ ਹੈ ਉਹਦੀ ਅਸੀਂ ਵੇਟ ਕਰ ਰਹੇ ਹਾਂ, ਜੋ ਵੀ ਉੱਥੇ 'ਚ ਆਊਗੀ ਰਿਪੋਰਟ ਉਹਦੇ ਮੁਤਾਬਿਕ ਬਣਦੀ ਕਾਰਵਾਈ ਕਰ ਦਿੱਤੀ ਜਾਏਗੀ। ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੋਈ ਗੱਲ ਨਹੀਂ ਜੀ, ਬਿਲਕੁਲ 174 ਦੀ ਕਾਰਵਾਈ ਜਿਹੜੀ ਕਰ ਦਿੱਤੀ ਹੈ। ਅਗਰ ਕੋਈ ਰਿਪੋਰਟ ਦੇ ਵਿੱਚ ਆਉਂਦਾ ਹੈ ਤਾਂ ਮੁਕੱਦਮਾ ਦਰਜ ਹੋਏਗਾ, ਅਗਰ ਨਹੀਂ ਆਉਂਦਾ ਤਾਂ ਫਿਰ ਕਾਰਵਾਈ ਨਹੀਂ ਹੋਏਗੀ। ਕੋਈ ਅੰਬੈਸੀ ਨਾਲ ਵੀ ਰਾਬਤਾ ਹੋਇਆ ਤੁਹਾਡਾ? ਅੰਬੈਸੀ ਤੋਂ ਸਾਨੂੰ ਫੋਨ ਆਇਆ ਸੀ, ਜਿਹੜੀ ਮ੍ਰਿਤਕ ਲੜਕੀ ਹੈ ਉਹਦੇ ਹਸਬੈਂਡ ਜਿਹੜੇ ਆ ਉਹਨਾਂ ਨੇ ਅੰਬੈਸੀ ਨੂੰ ਸੂਚਿਤ ਕੀਤਾ ਸੀ USA ਤੋਂ ਵੀ ਇਸ ਤਰ੍ਹਾਂ ਉਹਨਾਂ ਦੀ ਵਾਈਫ ਦੀ ਡੈਥ ਹੋਈ ਆ ਔਰ ਉਹਦੇ ਮਾਪੇ ਪਰਿਵਾਰ ਜਿਹੜੇ ਆ ਉਹ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਲੜਕੇ ਦੇ ਮਾਪੇ ਪਰਿਵਾਰ। ਸਾਨੂੰ ਮੈਸੇਜ ਆਇਆ ਤਾਂ ਅਸੀਂ ਦੱਸਿਆ ਵੀ ਅਸੀਂ ਵੀ ਆਰ ਆਲਰੇਡੀ ਅਸੀਂ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ, ਅੰਡਰ ਪ੍ਰੋਸੈਸ ਆ ਔਰ ਕੱਲ੍ਹ ਕਰਵਾ ਦਿੱਤਾ ਗਿਆ ਪੋਸਟਮਾਰਟਮ।